इस वीडियो कॉपीराइट फेयर यूज का इस्तेमाल किया गया है, जिस तरह केस के वर्तियां गई किसी भी वीडियो से कोई भी कॉपीराइट स्ट्राइक नहीं पा सकते। जे कोई कॉपीराइट स्ट्राइक पाता है तो अकॉर्डिंग टू एक्ट उन वापस कॉपीराइट स्ट्राइक मिलेगी। इस करके अपनी निक्की दा रिश्ता ना दो तो वीडियो बस एंजॉय करो। अज पंजाब दे हालात बहुत ही ज्यादा माड़े हो चुके ने। इना टलाना बोल उस्ताद व्यू नहीं आने। 132 एक्शन। ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇੱਥੇ ਕੋਈ ਐਕਸ਼ਨ ਲਵੇ ਤਾਂ ਦੇ ਨਾ ਤੱਤਾ ਬਿਨਾ ਬੋਲ ਪਰਚਾ ਹੋ ਜੂ। ਫਿਰ ਇਹੋ ਜਿਹੇ ਯਾਰ ਕੀ ਕਰੀਏ ਜਿੰਨਾ ਵਿਊ ਵੀ ਆ ਜਾਣ ਤੇ ਲੋਕਾਂ ਨੂੰ ਲੱਗੇ ਵੀ ਕਿ ਅਸੀਂ ਪੰਜਾਬ ਦੇ ਰਾਖੇ। ਫਿਰ ਉਹੀ ਕਰਦੇ ਕੀ ਉਹੀ ਉਹੀ ਅੱਛਾ ਲੱਖ ਦੀ ਲਾਂ ਤੋਂ ਨਾ ਰੋਸਟਰਾਂ ਤੇ ਤੇ ਢੂੰਗਾ ਹਲਾਉਣ ਵਾਲੇ ਇਨਫਲੂਐਂਸਰਾਂ ਤੇ ਲੈਣ ਜਿਹੜਾ ਹੈ ਤੇਰਾ ਨੇ ਪਟਣਾ ਉਹ ਜਰਦੀ ਚੜਾਈ ਨੇ ਨਹੀਂ ਕਦੇ ਘਟਣਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਦੀ ਸਰਜਣੇ ਠੀਕ ਹੋਵੋਗੇ। ਅੱਜ ਗੱਲ ਕਰਦੇ ਆ ਟੁੱਟੇ ਹੋਏ ਦਿਲ ਦੇ ਆਸ਼ਕ ਦੀ। ਕਹਿੰਦੇ ਹੱਥੀ ਕਰ ਥੱਕ ਗਏ ਸੀ ਫਿਰ ਕਿਸੇ ਦੇ ਹੱਥ ਫੜਾ ਲਿਆ, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਸਾਲ ਕੁ ਬਾਅਦ ਜਾਗੇ ਅਗਲੀ ਨੇ ਕਿਸੇ ਹੋਰ ਦੇ ਨੂੰ ਹੱਥ ਪਾ ਲਿਆ। ਮੇਰੀ ਮੁਰਾਦ ਜੰਗਸਟ ਰੋਲ ਮਾਡਲ ਆਫ ਕਪਲ ਗੋਲਸ ਪੰਨੂ ਐਂਡ ਤਵਲੀਨ, ਅੱਜ ਇਹਨਾਂ ਨੂੰ ਵਿੱਚ ਕਹੀਏ ਸਵਾਦ ਖੱਟਾ ਮਿੱਠਾ ਤੇ ਕੌੜਾ ਤੇ ਦਈਏ ਪੂਰੇ ਫਰੈਸ਼ੀ ਹੁੱਡ ਵੱਲੋਂ ਲੋੜਾ। ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੀ ਸਟੋਰੀ ਏਦਾਂ ਪੈ ਰਹੀਆਂ ਨੇ ਜਿਵੇਂ ਖੜੇ ਤੇ ਸੋਟਾ ਵੱਜ ਗਿਆ ਹੋਵੇ, ਯਾਨੀ ਕਿ ਸਹੇਲੀ ਨੇ ਬਣਾਤਾ ਫੁੱਦੂ। ਨਹੀਂ ਯਕੀਨ ਤਾਂ ਤੁਸੀਂ ਖੁਦ ਹੀ ਦੇਖ ਲਓ। ਗਲਤ ਸੌਂਗ ਗਾ ਰਿਹਾ ਬਾਈ, ਏਦਾਂ ਨਾ ਗਾ, ਏਦਾਂ ਗਾ। ਕੱਲ ਸਾਡੇ ਨਾ ਬਤਾਇਆ ਅੱਜ ਕਿਸੇ ਹੋਰ ਨੇ ਟਾਇਆ। ਨਾਲੇ ਪੰਨੂ ਭਾਜੀ ਥੋੜਾ ਹੱਸ ਵੀ ਲਿਆ ਕਰੋ, ਸ਼ਕਲ ਐਵੇਂ ਬਣਾਈਏ ਜਿਵੇਂ ਘਰਦਿਆਂ ਨੇ ਬਲੂ ਫਿਲਮ ਦੇ ਇਹਦਾ ਫੜ ਲਿਆ ਹੋਵੇ, ਤੇ ਨਾਲੇ ਜਦੋਂ ਦਿਲ ਟੁੱਟਿਆ ਹੋਵੇ ਨਾ ਉਦੋਂ ਸਲਫਾਸ ਦੀ ਟੈਸਟਿੰਗ ਕਰੀ ਦੀ ਹੈ, ਨਾ ਕਿ ਕ੍ਰਾਈਮ ਤੇ ਹਾਰਟ ਬ੍ਰੋਕਨ ਦਾ ਮੋਜੀ ਪਾ ਕੇ ਰੀਲਾਂ ਪਾਈ ਦੀਆਂ ਨੇ। ਮੈਂ ਨਾ ਯਾਰ ਸਲਫਾਸ ਖਾ ਲਈਏ, ਠੀਕ ਆ। ਨਾਲੇ ਆ ਨਾਲ ਦੇ ਵੀਰ ਦਾ ਨੰਬਰ ਦੇਈ, ਮੈਂ ਜਗਰਾਤੇ ਦੀ ਸਾਈ ਦੇਣੀ ਹੈ। ਓਏ ਹੋਏ 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 ਐਕਸਪ੍ਰੈਸ਼ਨ, ਐਕਟਿੰਗ ਚ ਤਾਂ ਭਾਜੀ ਨੇ ਜੋਨੀ ਡਿਪ ਨੂੰ ਵੀ ਫੇਲ ਕਰ ਦਿੱਤਾ। ਵੈਸੇ ਤਾਂ ਓਸਕਰ ਚ ਫਿਲਮਾਂ ਨੋਮੀਨੇਟ ਹੁੰਦੀਆਂ ਨੇ, ਪਰ ਜ਼ਿੰਦਗੀ ਇਤਿਹਾਸ ਚ ਪਹਿਲੀ ਵਾਰ ਕੋਈ ਰੀਲ ਨੋਮੀਨੇਟ ਹੋ ਰਹੀ ਆ ਓਸਕਰ ਚ। ਵੀਰ ਮੇਰੀ ਗੱਲ ਮੰਨ, ਜਾ ਹਲਾ ਤੇ ਸੌ ਜਾ ਸਾਲਾ ਹੋਇਆ ਪਿਆਰ ਦਾ। ਯਾਰ ਫਿਰ ਗਲਤ, ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਸੱਜਣ ਕਿਸੇ ਦੇ ਸਿਖਾਏ ਨਹੀਂ ਕਿਸੇ ਦੇ ਢਾਏ ਹੋਏ ਨੇ। 3 ਇੰਚ ਦਾ ਉੱਪਰ ਥੱਲੇ ਕਰਨ ਵਾਲੀ ਨੂੰ ਜਦੋਂ 6.5 ਇੰਚ ਦਾ ਮਿਲੇ ਤਾਂ ਕਿਉਂ ਨਾ ਰਾਤੋਂ ਰਾਤ ਬਦਲੂ। ਤੇ ਨਾਲੇ ਹੋਲੀ ਗੱਲ ਹੈ ਵੀਰੇ, ਹੋਲੀ ਗੱਲ ਹੈ, ਇਹ ਨਾ ਹੋਵੇ ਇੰਡੀਅਨ ਆਈਡਲ ਵਾਲੇ ਘਰ ਆ ਕੇ ਕਹਿਣ ਕਿ ਆਪ ਮੁੰਬਈ ਆ ਸਕਦੇ ਹੋ, ਤੇ ਉਧਰ ਦੂਜੇ ਪਾਸੇ ਭਾਬੀ ਵੀ ਰਿਪਲਾਈ ਦੇਣ 'ਚ ਕੋਈ ਕਸਰ ਨਹੀਂ ਛੱਡ ਰਹੀ। ਸਹੀ ਕਿਹਾ, ਰਾਵਾਂ 'ਚ ਤਾਂ ਹੁਣ ਕੋਈ ਵੀ ਨਹੀਂ, ਜੇ ਲੱਭਣੀ ਹੈ ਤਾਂ ਜਾ ਕੇ ਉਹ ਰੂਮ ਟੂ ਰੂਮ ਟਰਾਈ ਕਰੋ, ਸ਼ਾਇਦ ਮਿਲ ਹੀ ਜਾਵੇ। ਅਗਲੀ ਵੀ ਇਹੋ ਜਿਹੀਆਂ ਫੋਟੋਆਂ ਪਾ ਕੇ ਜਾਣ ਬੁੱਝ ਕੇ ਛੇੜ ਰਹੀ ਹੈ ਕਿ ਦੇਖ 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 ਹੁਣ ਇਹ ਸਰੀਰ ਨੂੰ ਆਟੇ ਵਾਂਗੂ ਕੋਈ ਹੋਰ ਬਗਾਨਾ ਪੁੱਤ ਕੁੱਟੇਗਾ। ਪੰਜਾਬ ਦੇ ਮੁੱਦਿਆਂ ਤੇ ਬੋਲੋ, ਜਿਹੜੇ ਆ ਫੁੱਫੜ ਪਿਛਲੇ 1.5 ਸਾਲ ਤੋਂ ਬੋਲੀ ਜਾਂਦੇ ਉਹ ਨਹੀਂ ਦਿਖਦੇ। ਚਲੋ ਛੱਡੋ, ਬੈਕ ਟੂ ਦਾ ਟੋਪਿਕ। ਕਿਸੇ ਹੋਰ ਦੇ ਨਾਮ ਨਾਲ ਅੱਗ ਬਣਾਈ ਜਾ ਰਹੀ ਹੈ, ਮਤਲਬ ਸਮਝੋ ਯਾਰ ਸਮਝੋ ਕਿ ਪੂਰੀ ਅੱਗ ਕਢਾਈ ਜਾ ਰਹੀ ਹੈ। ਸ਼ੀਸ਼ਾ ਟੁੱਟਿਆ ਧੜਕ ਕਰਕੇ ਇੱਕ ਗੈਰਾਂ ਨਾਲ ਤੇਰਾ ਹੱਸਣਾ, ਗੈਰਾਂ ਨਾਲ ਤੇਰਾ ਹੱਸਣਾ। ਭਾਬੀ ਤੁਸੀਂ ਹੱਸਣ ਦੀ ਗੱਲ ਕਰਦੇ ਹੋ, ਉਹਦੀ ਸ਼ਕਲ ਦੇਖ ਕੇ ਲੱਗਦਾ ਕਿ 3 ਦਿਨ ਤੋਂ ਟੱਟੀ ਨਹੀਂ ਕੀਤੀ। 2-3 ਦਿਨ ਹੋ ਗਏ ਮੇਰੇ ਟੱਟੀ ਨਹੀਂ ਆ ਰਹੀ। ਤੇਰੇ ਕਰਕੇ ਟਿਊਸ਼ਨ ਵੜਦੇ ਜਮਾਨਾ ਪੜਦੇ, ਤੂੰ ਇੱਧਰ ਬਾਜੀਆਂ ਪਾਈ ਜਾ ਉੱਧਰ ਬੁੱਚੀਆਂ ਕੋਈ ਹੋਰ ਹੀ ਪਾਈ ਜਾਂਦਾ ਹੈ, ਤੇ ਬਾਅਦ ਵਿੱਚ ਇਹਨੂੰ ਕੋਈ ਪੁੱਛੇ ਕਦੇ ਤੁਹਾਡਾ ਦਿਲ ਟੁੱਟਿਆ। ਅਜੇ ਕੱਲ ਹੀ ਟੁੱਟ ਗਿਆ ਟਿਆ ਜਨਾਬ। ਕੋਈ ਨਾ ਕੋਈ ਨਾ, ਹੁਣ ਖੁੱਲ ਕੇ ਆਜੂ, ਪਹਿਲਾਂ ਤਾਂ ਬੜਾ ਜਾ ਕੇ ਮੰਗਣੀ 'ਚ ਭੰਗੜੇ ਦੀਆਂ ਕਲਾਸਾਂ ਲਾਉਂਦਾ ਸੀ। ਮੇਰਾ ਵੀਰ ਮੇਰੀ ਸਲਾਹ ਮੰਨ, ਰੇਲੀ ਰੇਡ ਦੀਆਂ ਵੀਡੀਓਜ਼ ਨੂੰ ਆਪਣਾ ਸਹਾਰਾ ਬਣਾ ਤੇ 3-4 ਦਿਨ ਜਾ ਕੇ ਆਪਣੇ ਗਾਂਧੀ ਨੂੰ ਵਕਤ ਪਾ। ਆਪ ਆਤਮ ਨਿਰਭਰ ਬਣੇ।
ਕਿੱਥੇ ਵਿਚਾਰਾ ਕਿਸੇ ਹੋਰ ਕੋਲ ਕਰਾਉਂਦਾ ਹੋਣਾ ਤੇ ਹੁਣ ਆਪ ਕਰਨਾ ਪੈਣਾ ਹੈ। ਸਹੀ ਕਿਹਾ ਨਾ ਪੰਨੂ ਭਾਜੀ? ਆਵੇਂਗਾ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ, ਮਿੱਤਰਾਂ ਦੇ ਯਾਰ ਬੜੇ। ਸਾਲਾ ਦੁਨੀਆਂ ਵੀ ਐਡਵਾਂਸ ਹੋ ਗਈ, ਪਤਾ ਨਹੀਂ ਲੱਗਦਾ ਕੌਣ ਮਿਕਸ ਬਰੀਡ ਹੈ ਤੇ ਕੌਣ ਪਿਓਰ। ਜਿਵੇਂ ਆਪਣਾ ਇੰਦਰ ਦੇਖ ਲਓ, ਸ਼ੈਲੀ ਨੇ ਫੈਮਿਲੀ ਨੂੰ ਦਵਾਏ ਕੱਪੜੇ, ਸ਼ੁਕਰ ਆ ਦਵਾ ਤੇ, ਨਹੀਂ ਤਾਂ ਵਿਚਾਰੇ ਨੰਗੇ ਫਿਰਦੇ ਸੀ। ਆਹਾ ਉਹ ਨਹੀਂ ਨਹੀਂ ਇੰਦਰ ਭਾਜੀ, ਇਹ ਵਾਲਾ ਨਹੀਂ ਦੂਜੇ ਵਾਲਾ ਵੀ, ਆ ਜਿਆਦਾ ਸੋਹਣਾ ਉੱਪਰ ਵਾਲਾ ਲਗਾਣੀ ਵਾਲਾ ਵੀ ਸੋਹਣਾ ਪਾ ਕੇ ਉਹ ਭਾਜੀ ਇਹ ਵਾਲਾ ਨਹੀਂ। ਹਾਂ 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 ਇਹ ਸਹੀ ਆ, ਆਪਣਾ ਮੇਚਾ ਵੀ ਦੇ ਦੇ ਤੇ ਦੱਸ ਦੇ ਪਲਾਜੋ ਸਵਾਉਣਾ, ਸ਼ਰਾਰਾ ਸਵਾਉਣਾ ਜਾਂ ਫਿਰ ਪਟਿਆਲਾ, ਉਹੀ ਕਰ ਦੋ ਡਨ ਆ ਬਸ। ਆ ਸੂਟ ਬੁੱਢੀਆਂ ਨੇ ਲੈਣੇ ਨੇ, ਤੂੰ ਇੱਥੇ ਡੋਕੇ ਲੈਣ ਨੂੰ ਬੈਠੇ ਤੇ ਨਾਲੇ ਸਾਲਾ ਦਊਗਾ ਆਪਣੀਆਂ ਸਲਾਵਾਂ ਜਿਵੇਂ ਇਹ ਵਾਲਾ ਗਾਣਾ ਇਹਦੇ ਲਈ ਬਣਿਆ ਹੋਵੇ। ਸੂਟ ਲੈਣ ਲਈ ਚਾਹੀਦੇ ਨੇ ਪੈਸੇ ਤੇ ਪੈਸਾ ਕਮਾਉਣ ਲਈ ਇੱਕ ਯੂਟਿਊਬਰ ਨੂੰ ਐਡਾ ਜੋ ਆਪਣੀ ਕਿਰਤ ਭਾਬੀ ਬਹੁਤ ਹੀ ਸੋਹਣੀਆਂ ਕਰਦੀ ਹੈ। ਫਿਰ ਮਾਮਾ ਅਰਥ, ਸਾਲਾ ਅੱਧਾ ਯੂਟਿਊਬ ਤਾਂ ਮਾਮਾ ਅਰਥ ਨੇ ਪਾਲਿਆ ਹੋਇਆ। ਮਾਮਾ ਅਰਥ ਕੇ ਨਏ ਆਈਲਾਈਨਰ ਆਏ ਹੈ, ਮੈਂ ਟਰਾਈ ਕਰਤੀ ਹੂੰ। ਇੱਧਰ ਡੈਡਾ ਅਰਥ ਦਾ ਲੁਬਰੀਕੈਂਟ ਵੀ ਆਇਆ, ਉਹ ਵੀ ਟਰਾਈ ਕਰੀ। ਬ੍ਰਾਂਡ ਵਾਲੇ ਵੀ ਐਡਾਂ ਦਿੰਦੇ ਨੇ ਭਾਬੀ ਨੂੰ ਤੇ ਜਿਹੜਾ ਯੂਟਿਊਬ ਨੂੰ ਆਪਣੀ ਜੋਬ ਬਣਾਈ ਫਿਰਦਾ ਉਹਨੂੰ ਕੋਈ ਪੁੱਛਦਾ ਨਹੀਂ। ਐਜ਼ ਅ ਜੋਬ ਆ ਮੇਰੀ, ਉਹ ਵੀ ਕੀ ਕਰਨ ਕਿਉਂਕਿ ਸਾਲਾ ਸ਼ਕਲ ਹੀ ਐਵੇਂ ਕਿ ਪੇਟ ਸਾਫਾ ਤੇ ਅਸ਼ਕਬ ਤੋਂ ਬਾਅਦ ਐਡ ਕਿਸੇ ਦੀ ਕਰ ਨਹੀਂ ਸਕਦਾ। ਤੁਮੇ ਕਬਜ਼ੇ ਕਿਆ? ਲੋਗ ਇਸ ਗੰਭੀਰ ਸਮੱਸਿਆ ਕੋ ਹਸੀ ਮਜ਼ਾਕ ਨੂੰ ਉਡਾਤੇ ਹੈਂ। ਕਬਜ਼ ਕਹਿਨੇ ਕੇ ਲਈ ਤੋ ਇੱਕ ਸਮੱਸਿਆ ਹੈ ਪਰ ਹਜ਼ਾਰ ਬਿਮਾਰੀਓ ਕੀ ਜੜ ਹੈ, ਇਸੇ ਇਗਨੋਰ ਨਾ ਕਰ। 15 ਖਾਸ ਜੜੀ ਬੂਟੀਆਂ ਸੇ ਬਣਾ ਪੇਟ ਸਫਾ ਆਯੁਰਵੈਦਿਕ ਚੂਰਨ, ਆਜ ਹੀ ਲਿਆ। ਪੇਟ ਸਫਾ ਪਹਿਲੀ ਰਾਤ ਸੇ ਹੀ ਅਸਰ ਦਿਖਾਤਾ ਹੈ ਔਰ ਇਸਕੀ ਆਦਤ ਵੀ ਨਹੀਂ ਪੜਤੀ। ਪੇਟ ਸਫਾ ਹਰ ਰੋਗ ਦਫਾ। ਪੇਸ਼ ਕਰਦੇ ਹਾਂ ਤੁਹਾਡੇ ਅੱਗੇ ਇੱਕ ਨਵੀਂ ਵੈਰਾਈਟੀ ਜੋ ਠੁਮਕਾ ਮਾਰਦਾ ਹੈ ਤੇ ਹਿਲਦਾ ਹੈ ਲਾਹੌਰ ਤੇ ਕੰਬਦਾ ਹੈ ਪਿਸ਼ੋਰ, ਫਿਰ ਕੱਢਦੇ ਨੇ ਸਾਰਿਆਂ ਨੂੰ ਮਾਂ ਭੈਣ ਦੀ ਗਾਲ। ਮੇਰੀ ਮੁਰਾਦ ਤਰਨਪ੍ਰੀਤ ਧਾਲੀਵਾਲ। ਆਏ ਹਾਏ 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 ਕੀ ਦੇਖ ਲਿਆ, ਕੀ ਦੇਖ ਲਿਆ, ਇਸ਼ਕ ਜਿਹਾ ਚੜਦਾ ਨਹੀਂ, ਮੇਰੇ ਤਾਂ ਜਿੰਨਾ ਚੜਿਆ ਸੀ ਉਹ ਵੀ ਲੈ ਗਿਆ। ਐਵੇਂ ਲੱਗ ਰਿਹਾ ਜਿਵੇਂ ਬੱਤੀ ਵਾਲਾ ਖੰਭਾ ਫਲੈਕਸੀਬਲ ਹੋ ਕੇ ਨੱਚਣ ਲੱਗ ਪਿਆ ਹੋਵੇ। ਇਹ ਸਟੈਪ ਦੇਖ ਕੇ ਬੱਬੂ ਮਾਨ ਨੇ ਵੀ ਆਹ ਸੌਂਗ ਨੂੰ ਰੀਲ ਤੋਂ ਬੈਨ ਕਰਨ ਦੀ ਰਿਕੁਐਸਟ ਕਰਤੀ। ਪਿਆਰ ਪਿਓਰ ਦੀ ਲੋੜ ਨਹੀਂ, ਇੱਕ ਕੰਮ ਕਰ, ਟਾਈਮ ਕੱਢ ਕੇ ਆਪਣੀ ਆਈਡੀ ਪਰਮਾਨੈਂਟਲੀ ਡਿਲੀਟ ਕਰ ਦੇ। ਸਾਲਾ ਕੀ ਆਈਟਮ ਹੈ ਯਾਰ ਤੇਰੇ ਘਰਦੇ ਨੇ ਕੁਝ ਕਹਿੰਦੇ? ਆ ਕਿਹੜੇ ਨਵੇਂ ਹੰਝੂ ਆ ਗਏ ਪਲਕਾਂ ਤੇ? ਸਾਲਾ ਇੰਨੀਆਂ ਹਿਲਦੀਆਂ ਜੁਲਦੀਆਂ ਪਲਕਾਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖੀਆਂ। ਵੀਰੇ ਥੋੜਾ ਹਿਸਾਬ ਨਾਲ, ਜਿਹੜੇ ਹਿਸਾਬ ਨਾਲ ਤੂੰ ਇੰਸਟਾਗ੍ਰਾਮ ਨੂੰ ਦੂਸ਼ਿਤ ਕੀਤਾ, ਪੱਕਾ ਤੇਰੇ ਤੇ ਕਾਲਾ ਪਾਣੀ ਦੀ ਸਜ਼ਾ ਬਣਦੀ ਹੈ। ਕਦੇ ਰੁਮਾਲ, ਕਦੇ ਪਲਕਾਂ, ਕਦੇ ਬਾਰਬੀ ਡੋਲ, ਤੈਨੂੰ ਸਾਲਾ ਦੱਸ ਕੇ ਨੇ ਦਿੱਤਾ ਕਿ ਰੀਲ ਵੀ ਕੋਈ ਚੀਜ਼ ਹੁੰਦੀ ਹੈ। ਤੈਨੂੰ ਸੱਚੀ ਲੱਗਦਾ ਕਿ ਇਹ ਡਾਂਸ ਕਰਦਾ ਹੈ? ਭਰਾਵਾ ਇੰਨਾ ਡਾਂਸ ਤਾਂ ਨੰਗੀਆਂ ਤਾਰਾਂ ਨੂੰ ਹੱਥ ਲਾ ਲਿਆ ਉਦਾਂ ਹੀ ਨਿਕਲ ਜਾਂਦਾ ਹੈ। ਕਰੋਨਾ ਵਾਪਸ ਆਵੇ ਨਾ ਆਵੇ ਪਰ ਆਹ ਮਹਾਮਾਰੀ ਉਤੋਂ ਵੀ ਘਾਤਕ ਹੈ। ਲੋ ਦੱਸੋ ਹੁਣ ਇਹ ਪਤੰਗ ਬਣ ਗਿਆ, ਭਰਾਵਾ ਇੱਕ ਸਟੈਂਡ ਤੇ ਰਹਿ ਤੂੰ ਬਣਨਾ ਕੀ ਚਾਹੁੰਦਾ? ਜੇ ਇਹੋ ਜਿਹੀ ਪਤੰਗ ਹੁੰਦੀ ਹੈ ਤਾਂ ਮੈਂ ਪਤੰਗ ਸਾਰੀ ਜ਼ਿੰਦਗੀ ਨਹੀਂ ਚੜਾਉਣੀ, ਪਤਾ ਨਹੀਂ ਸਾਲਾ ਚਮ ਚੜਿਕ ਜਿਹਾ ਹੱਥ ਨਾ ਆਜੇ। ਨਾਲੇ ਤੇਰੇ ਨਾਲ ਪੇਚੇ ਨਹੀਂ, ਤੇਰੇ ਨਾਲ ਤਾਂ ਰੱਸਾ ਖਿੱਚੀ ਦੇ ਮੁਕਾਬਲੇ ਹੋਣੇ ਨੇ। ਉਹ ਗਰੀਬਾਂ ਦੇ ਰਣਬੀਰ ਕਪੂਰ, ਏਦਾਂ ਦੇ ਐਕਸਪ੍ਰੈਸ਼ਨ ਨਾ ਦੇ ਜਿਵੇਂ ਸੁੱਤੇ ਪੇ ਕੋਈ ਉਂਗਲ ਦੇ ਗਿਆ ਹੋਵੇ। ਨੀਨ ਸੋਹਣੀ ਨੇ ਇੱਕ ਸਵਾਲ ਪਾਇਆ, ਕੁੱਤਾ ਟੰਗ ਚਾ ਕੇ ਕਿਉਂ ਮੂਤਦਾ ਏ? ਹੋਰ ਸਾਰੇ ਦਰਖਤਾਂ ਦੇ ਪੱਤੇ ਗੋਲ ਹੁੰਦੇ, ਪੱਤਾ ਕੱਟਵਾਂ ਕਿਉਂ ਹੁੰਦਾ ਤੂਤਦਾ ਏ? ਹੋਰ ਸਾਰੇ ਜਾਨਵਰਾਂ ਦੇ ਲਿੰਗ ਸਿੱਧੇ, ਲਿੰਗ ਪੁੱਠਾ ਕਿਉਂ ਸੋਹਣਿਆ ਊਠਦਾ ਏ? ਹੋਰ ਸਾਰੇ ਸਰੀਰ ਦਾ ਮੇਰਾ ਰੰਗ ਗੋਰਾ, ਰੰਗ ਕਾਲਾ ਕਿਉਂ ਮੇਰੀ? ਦੱਸੋ ਕਮੈਂਟਾਂ 'ਚ। ਹੋ ਮੈਨੂੰ ਲੱਗਾ ਸੀ ਹਰਕਤਾਂ ਗੰਦੀਆਂ ਕਰਦਾ ਪਰ ਇਹ ਤਾਂ ਸੱਚੀ ਸਾਲਾ ਗੰਦਾ ਹੀ ਨਿਕਲਿਆ। ਜੋ ਪੁੱਛ ਰਿਹਾ ਜਾ ਕੇ ਆਪਣੀ ਭੈਣ ਨੂੰ ਪੁੱਛ, ਤੇ ਇਹੋ ਜਿਹੀ ਮੀਡੀਆ ਇੰਟਰਵਿਊ ਵੀ ਕਰਦਾ ਤੇ ਕਹਿੰਦਾ ਇਹਨਾਂ ਨੂੰ ਰੋਲ ਮਾਡਲ। ਇੱਕ ਇੰਟਰਵਿਊ ਦਿਖਾਈ ਸੀ ਮੱਘਰ ਮਿੱਠੀ ਦੀ, ਬਾਈ ਉਹ ਤੋਂ ਵੀ ਸਿਰੇ ਦਾ ਬੰਦਾ ਹੈ, ਉਹਦੇ ਨੱਚਣ ਦਾ ਸਟਾਈਲ ਦੇਖੋਗੇ ਨਾ ਤਾਂ ਤੁਸੀਂ ਕਹੋਗੇ ਇਹ ਬਾਈ ਲੁਕਿਆ ਕਿੱਥੇ ਬੈਠਾ ਸੀ। ਫਿੱਟੇ ਮੂੰਹ ਇਹੋ ਜਿਹੇ ਮੀਡੀਆ ਦੇ ਤੇ ਫਿੱਟੇ ਮੂੰਹ ਇਹੋ ਜਿਹਿਆਂ ਨੂੰ ਦੇਖਣ ਵਾਲਿਆਂ ਦੇ। ਸਨ 2000 ਚ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 2020 ਤੱਕ ਜਾਂਦੇ ਜਾਂਦੇ ਟੈਂਪੂ ਇਹੋ ਜਿਹੇ ਦਿਖਣਗੇ। ਚੱਲ ਯਾਰ ਬਾਬਾ ਭਲੀ ਕਰੇ ਤੇ ਏਦਾਂ ਕਿਸੇ ਨੂੰ ਨਾ ਰਵਾਵੇ। ਸਾਲਾ ਕੀ ਦਿਨ ਆ ਗਿਆ, ਵਲੌਗ ਐਡਿਟ ਕਰਨ ਨੂੰ ਰੋਇਆ ਜਾ ਰਿਹਾ ਤੇ ਫਿਰ ਉਹੀ ਰੋਣ ਨੂੰ ਵਲੌਗ ਚ ਪਾਇਆ ਜਾ ਰਿਹਾ ਤੇ ਪਾ ਕੇ ਟਾਈਟਲ ਪੈਸੇ ਕਮਾਏ ਜਾ ਰਹੇ ਨੇ। ਸਾਲਾ ਫੂਡ ਸਰਕਲ ਤਾਂ ਸੁਣਿਆ ਸੀ, ਆ ਵਲੌਗ ਸਰਕਲ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ। ਰੋਬੀਓ ਕਰ ਦਿੰਦੇ ਆ ਰੋਂਦੀ ਓ ਅਗਲੇ ਵੀ ਪੂਰਾ ਸਵਾਦ ਲੈ ਰਹੇ ਨੇ। ਤੇ ਜੇ ਇਹਨੂੰ ਲੱਗਦਾ ਕਿ ਇਦਾਂ ਕਰਕੇ ਇਹ ਬਹੁਤ ਕਿਊਟ ਲੱਗ ਰਹੀ ਹੈ ਤਾਂ ਬੇਟਾ ਤੁਸੀਂ ਗਲਤ ਹੋ। ਕੰਜ਼ਰਿੰਗ 4 ਵਾਲਿਆਂ ਨੂੰ ਅਗਲੀ ਚੜੇਲ ਦਾ ਚਾਰਾ ਚਾਹੀਦਾ, ਜੇ ਕਵੇਂ ਤਾਂ ਮੈਂ ਕਰਾਂ ਤੇਰੀ ਗੱਲ।
दिलप्रीत वीएफएक्स नाल गल मनाली दे टूर च गगन नूं भी फिट कर दू। लाली बनिया क्रश कुड़े नारा दा पता नहीं साले एहो जे ड्रामे कित्थों लैके आउंदे ने। ते जे कदे व्यू थल्ले जां ला पैण ते लोकां नूं दसण लग पैणगे अपने बीते हुए रिलेशनशिप दीआं गल्लां। मतलब जे असीं वीडियो पा के गल करी ते कहणगे नहीं जी साडा पास्ट है, तुसीं साडे पास्ट बारे क्यों बोलदे हो। पर जे तुसीं पाओ तां बिलकुल सही। सिद्धी जी गल है कि तुहाडा कुत्ता कुत्ता ते साडा कुत्ता हर तरीक तीड़दी। एदां नहीं होणा मैडम, फ्रैश उड वाले तां पूरी लैणगे। खबर कौन है शेर ते कौन है घोड़ा ते किन्नू किन्नू देना मिलके सारे फ्रेश ही हुड ने लोड़ा। चलो जी अज दी वीडियो चिन्ना ही किवें लगी तुहानू वीडियो प्लीज मैनू कमेंट च दस दिओ। ते वीडियो दे लाइक रख दे 8200 लाइक, वीडियो नू कर दे शेयर ते चैनल नू कर दे सब्सक्राइब। ते हुण टाइम मेरी शेयरी दा टुट जांदा अपना साल विच ते लोकां नू कपल गोल सिखाउंदे ने। अजकल कई लोग यूट्यूब ते व्लॉग बनाउंदे ने, रिलेशनशिप एडवाइस देणगे, लव स्टोरियां सुनाउंदे ने। अजकल कई लोग यूट्यूब ते व्लॉग बनाउंदे ने, कोई नच रिहा वांग नचार ते कवे मेरी चढ़ाई आ, कोई घरवाली तों एडा करा करा के करी जांदा कमाई आ। फिर कहणगे लोकी प्यार दिंदे पर इन्हां नूं साडा पैसा देख के जेलस आउंदी है। कोई दसण वाला होवे पैसा तां धंधा करन वाली वी बहुत कमाउंदी है। बाय बाय, टेक केयर।